ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀਆਂ ਮਹਾਨ ਜੰਗਾਂ ਦੇ ਵਿੱਚ ਸ਼ਾਮਲ ਹੈ। 12 ਸਤੰਬਰ 1897 ਨੂੰ ਵਜ਼ੀਰਿਸਤਾਨ ਦੇ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦੇ ਹੋਏ ਬਹਾਦਰੀ ਨਾਲ ਲੜਨ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਯੋਧਿਆਂ ਨੇ ਹਿੰਮਤ, ਦ੍ਰਿੜਤਾ ਤੇ ਦਲੇਰੀ ਨਾਲ 10,000 ਅਫਗਾਨ ਹਮਲਾਵਰਾਂ ਦਾ ਟਾਕਰਾ ਕਰਕੇ ਨਵਾਂ ਅਧਿਆਇ ਸਿਰਜਿਆ। ਗੁਰੂ ਸਾਹਿਬ ਵੱਲੋਂ ਸਮਝਾਈ ਗਈ ਜੂਝ ਮਰਨ ਦੀ ਜੁਗਤੀ ਹੀ ਇਹਨਾਂ ਸਿੱਖ ਸ਼ਹੀਦਾਂ ਵਾਸਤੇ ਸ਼ਕਤੀ ਦਾ ਸੋਮਾ ਬਣੀ। ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਲੜਨ ਵਾਲੇ ਇਹ ਮਹਾਨਾਇਕ ਕੌਮ ਦਾ ਸਰਮਾਇਆ ਨੇ, ਜਿਨ੍ਹਾਂ ਨੇ ਅਗਲੀਆਂ ਪੀੜ੍ਹੀਆਂ ਵਾਸਤੇ ਪੂਰਨੇ ਪਾਏ। ਇਹਨਾਂ ਸ਼ਹੀਦਾਂ ਦੇ ਨਾਂ ਫਿਰੋਜ਼ਪੁਰ ਵਿੱਚ ਬਣੀ ਸਾਰਾਗੜ੍ਹੀ ਯਾਦਗਾਰ ਦੇ ਉੱਤੇ ਲਿਖੇ ਹੋਏ ਨੇ। ਇਸ ਸਮਾਰਕ 'ਤੇ ਹਰ ਸਾਲ 12 ਸਤੰਬਰ ਨੂੰ ਯਾਦਗਾਰੀ ਸਮਾਗਮ ਕਰਵਾਏ ਜਾਂਦੇ ਨੇ, ਜਿੱਥੇ ਲੋਕਾਂ ਵੱਲੋਂ ਇਹਨਾਂ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸਮੁੱਚੀ ਸਿੱਖ ਕੌਮ ਨੂੰ ਇਹਨਾਂ ਸ਼ਹੀਦਾਂ ਉੱਤੇ ਮਾਣ ਹੈ ਅਤੇ ਸਾਨੂੰ ਇਸ ਜੰਗ ਦੇ ਇਤਿਹਾਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੈ ਜਾਣ ਲਈ ਉਪਰਾਲੇ ਕਰਨੇ ਚਾਹੀਦੇ ਨੇ।